ਸੋ ਮੱਚ ਬਾਈ ਜੀ, ਮਿਹਰਬਾਨੀ। ਪਰਮਾਤਮਾ ਦਾ ਨਾਮ ਜੀ, ਅਤੇ ਰੱਬ ਦੇ ਨਾਂ ਤੋਂ ਬਾਅਦ ਹਮੇਸ਼ਾ ਦੂਸਰਾ ਗੀਤ ਮੈਂ ਮਾਮਾ ਨੂੰ ਸਮਰਪਿਤ ਕਰਦਾ ਹੁੰਦਾ, ਕਿਉਂਕਿ ਦੁਨੀਆਂ ਦੇ ਹਰ ਮਜ਼ਹਬ ਗ੍ਰੰਥ ਦੇ ਵਿੱਚ, ਧਰਮ ਦੇ ਵਿੱਚ, ਜੇ ਕਿਸੇ ਨੂੰ ਰੱਬ ਦੇ ਸਮਾਨ ਸਮਝਿਆ ਜਾਂਦਾ। ਪਰਮਾਤਮਾ ਦਾ ਨਾਮ ਜੀ, ਅਤੇ ਰੱਬ ਦੇ ਨਾਂ ਤੋਂ ਬਾਅਦ ਹਮੇਸ਼ਾ ਦੂਸਰਾ ਗੀਤ ਮੈਂ ਮਾਮਾ ਨੂੰ ਸਮਰਪਿਤ ਕਰਦਾ ਹੁੰਦਾ, ਕਿਉਂਕਿ ਦੁਨੀਆਂ ਦੇ ਹਰ ਮਜ਼ਹਬ ਗ੍ਰੰਥ ਦੇ ਵਿੱਚ, ਧਰਮ ਦੇ ਵਿੱਚ, ਜੇ ਕਿਸੇ ਨੂੰ ਰੱਬ ਦੇ ਸਮਾਨ ਸਮਝਿਆ ਜਾਂਦਾ।
ਪਰਮਾਤਮਾ ਦਾ ਨਾਮ ਜੀ ਤੇ ਰੱਬ ਦੇ ਨਾਂ ਤੋਂ ਬਾਅਦ ਹਮੇਸ਼ਾ ਦੂਸਰਾ ਗੀਤ ਮੈਂ ਮਾਮਾ ਨੂੰ ਸਮਰਪਿਤ ਕਰਦਾ ਹੁੰਦਾ, ਕਿਉਂਕਿ ਦੁਨੀਆ ਦੇ ਹਰ ਮਜ਼ਹਬ ਗ੍ਰੰਥ ਦੇ ਵਿੱਚ, ਧਰਮ ਦੇ ਵਿੱਚ ਜੇ ਕਿਸੇ ਨੂੰ ਰੱਬ ਦੇ ਸਮਾਨ ਸਮਝਿਆ ਜਾਂਦਾ।